कमाल हो गई। ਕਿਵੇਂ ਅੱਬਾ ਗਾਬਰਿਆ ਬੈਠਾ? ਮੈਂ ਤਾਂ ਕੋਈ ਨਹੀਂ ਗਾਬਰੇ ਹੋਏ ਤੇ ਆ ਕੇ ਤੇਰੇ ਜੂਣੇ ਲੱਗ ਗਏ ਯਕਦਮ ਇਲਾਵੇ ਨਾ ਸਿਰ ਤੋਂ। ਮੈਨੂੰ ਸ਼ੌਕ ਹੈ ਇਹਨਾਂ ਦੀ ਅੱਬਾ, ਸ਼ੌਕ ਹੈ ਬਾਂਦਰ ਜੇ ਬਣ ਕੇ ਆ ਗਈਆਂ। ਓ ਲਾ ਪਰ ਤੈਨੂੰ ਮੇਰੀ ਕਾਹ ਸ਼ਾਇ ਨਹੀਂ ਪੁੱਜਦੇ, ਕੁੱਤੇ ਪਾਵੇ ਇਸ ਨਹੀਂ ਗਲੀਆਂ ਚ ਨਿਕਲਦੇ ਆ। ਪਰ ਕਰ ਪਤਾ ਨਹੀਂ ਕਈ ਬਲਾਂ ਪੈਰਾਂ ਦੇ ਨਹੀਂ ਤੈਨੂੰ ਕੁਛ ਆਂਦੇ ਚੱਕਵੜ ਤੇ ਪਾਈ ਜੂਆਂ ਦੇ ਮਾਰੇ ਚਾ ਕੇ ਤੇ ਟੁਰ ਪਨ ਰੂੜੀਆਂ ਤੋਂ। ਕਿੱਥੇ ਜੂਆਂ ਦੇ ਮਾਰੇ ਅੱਬਾ? ਹਾਂ ਮੂੰਹ ਦੀ ਜਾ ਕਿਤੇ ਨਿਕਲ ਗਿਆ ਪਤਾ ਨਹੀਂ, ਕਿਤੇ ਮੂੰਹ ਚਾ ਕੇ ਭੱਗ ਗਿਆ ਧਮੀ ਨਾਲ। ਬਾਰਲ ਜਿਹਦੇ ਮਰਜ਼ੀ ਇਹ ਦਫਾ ਹੋਵੇ ਵਧਾ ਰਵੇ, ਇਹ ਹੱਥ ਹਿੱਕ ਦੇ ਮੈਂ ਲਾਇ ਕੇ ਖਲੋਣਾ, ਇਹ ਮੇਰੀ ਜ਼ਿੱਦ ਬਣ ਗਈ ਹੈ। ਅੱਬਾ ਮੈਨੂੰ ਉਮੀਦ ਕੋਈ ਨਹੀਂ ਜੋ ਇਹ ਆਪਾਂ ਨੂੰ ਆਤਾ ਦੇਸੀ। ਉਹ ਕਿਵੇਂ ਨਾ ਦੇਸੀ, ਉਹ ਵੀ ਜੂਰੇ ਤੇ ਨਾ ਦੇਵੇ। ਆਪਾਂ ਨਾਲ ਘੱਤ ਲੱਗਦੀ ਆਪਣਾ ਇੱਕੋ ਵੇੜਾ, ਉਹ ਹੋਰ ਕਹਿ ਨਹੀਂ ਵੇਚ ਸਕਦਾ। ਇਹ ਮੈਂ ਹੀ ਲਵਣਾ ਤੇ ਮੇਰੀ ਜ਼ਿੱਦ ਬਣ ਗਈ ਹੈ। ਜੇ ਪਿਆਰ ਨਾਲ ਨਾ ਦਿੱਤੋ ਤੇ ਮੋ ਡਾਂਗਾ ਸੋਟੇ ਤਾਂ ਹੈ ਨਹੀਂ ਸਹੀ। ਤੇ ਇੱਥੇ ਚਾਰ ਬੰਦਿਆਂ ਨੂੰ ਵੀ ਲੈ ਆਵਾਂ ਨਾ, ਉਹ ਵੀ ਇਹ ਗੱਲ ਕਰਸਨ ਵੀ ਪਹਿਲਾ ਹੱਕ ਗਵਾਡੀਆਂ ਦਾ ਹੁੰਦਾ ਹੈ, ਉਹ ਮੁੜ ਕਿਉਂ ਨਾ ਦੇਸਨ? ਖੋਰਾ ਜਿਹਾ ਨਾਲ ਤਾਂ ਸਵੇਰ ਨੂੰ ਠਿੰਦਾ ਲਗਾਉਂਦਾ ਤੇ ਬਹੁਤ ਖਿਲਾਰ ਛੱਡਦਾ ਹੈ। ਮੈਂ ਕਿਹਾ ਬਹੁਤ ਖਿਲਾ ਰਿਹਾ ਹੈ ਤੇ ਮੁੜ ਕਿਉਂ ਆਂਦਾ ਪਿਆ? ਉਹਨਾਂ ਨੇ ਦੇਵਣਾ ਹੀ ਕੋਈ ਨਹੀਂ, ਕਿਉਂ ਨਹੀਂ ਦੇਵਣਾ ਉਹਨਾਂ ਨੇ? ਕੋਈ ਨਹੀਂ ਦੇਵਣਾ। ਇਹ ਹੱਥ 80 ਲਿਸਾਂ ਹੈ, ਅੱਬੇ 1,80,000 ਰੁਪਏ ਲਾ ਛੜੇ, ਪੈਸੇ ਥੋੜੇ ਹਨ ਨਾ ਦੇਸਨ। ਅੱਬਾ 1,80,000 ਇੱਕੇ ਵਾਰੀ ਲਾ ਦਿੱਤਾ ਜੀ। ਉਹ ਚਬਲਾ 6 ਲੱਖ ਦਾ ਹੱਥ ਹੈ, 1,80,000 ਚ ਅਗਰ ਮਿਲ ਜਾਵੇ ਤੇ ਸਾਨੂੰ ਹੋਰ ਕਿਆ ਚਾਹੀਦਾ। ਤੂੰ ਵੀ ਮੈਂ ਤਾਂ ਸੋਚਦਾ ਕੋਈ ਨਹੀਂ ਹੈ, ਤੂੰ ਢੇਰ ਸਿਆਣਾ ਮੇਰੇ ਨਾਲੋਂ। ਮੈਂ ਜਿਹੜਾ ਕਰੇ ਨਾ ਸੋਚ ਸਮਝ ਕੇ ਕੰਮ ਕਰੇ ਨਾ। ਚਲੋ ਤੂੰ ਇੱਥੇ ਸੱਟਾ ਆ ਨਾ ਤੇ ਹੁਣ ਤੇ ਪਤਾ ਨਹੀਂ ਕੀ ਹੋ ਜਾਵਣਾ ਹੈ। ਕਮਾ ਕੇ ਮੈਂ ਲੈਣਾ, ਮੈਨੂੰ ਪਤਾ ਤੇ ਤੈਨੂੰ ਨਜ਼ਰ ਕੋਈ ਨਹੀਂ ਆਂਦਾ ਵੀ ਦੋ ਏਡੇ ਵੱਡੇ ਵੱਡੇ ਬਲਾਂ ਜਿਹੜੇ ਉਹਨਾਂ ਕੋਠੇ ਗੱਗਨ ਅੱਗੂ ਉਹ ਸਾਰ ਤੇ ਬਰਾਂਡਾ ਹੀ ਬਣਿਆ ਖੜੋਤਾ। ਇਹ ਕੋਈ ਮੰਗਾ? ਉਹ ਢੇਰ ਸਿਆਣਾ ਨਾ ਪਿਓ, ਤੂੰ ਸਿਆਣਾ ਬਣਦਾ ਹੈ ਯਾਰ। ਕਮਾ ਕੇ ਤਾਂ ਮੈਂ ਹੀ ਲਾਇਆ ਨਾ ਨਾ ਢੇਰ ਸਿਆਣਾ, ਤੁਹਾਨੂੰ ਕੀ ਪਤਾ ਬਾਰੂ ਕਿਵੇਂ ਪੈਸੇ ਹੁੰਦੇ? ਤੂੰ ਕਮਾਉਂਦਾ ਖੜੋਤਾ ਤੇ ਅੱਬੇ ਸਾਰੀ ਜ਼ਿੰਦਗੀ ਕਮਾਇਆ ਉਹ ਕਿਦੇ ਗਿਆ? ਲੋਕੀ ਲੈਂਦੇ ਰੋਟੀ ਪਕਾ ਗਵਾਡੀਆਂ ਗਵਾਡੀਆਂ ਨਾ ਚਾ ਲਵੇ ਨਹੀਂ ਤੇ ਮੈਂ ਰੂੜੀ ਤੇ ਸਾੜ ਦੇਸਾਂ। ਅੱਛਾ ਠੀਕ ਹੈ, ਮੈਂ ਉਹਨਾਂ ਨੂੰ ਆਖ ਦੇਣਾ। ਆਜੋ ਪਹਿਲੇ ਮਕਾਨ ਤੇ ਵੇਖ ਲਓ, ਦਿਖਾਓ। ਕਮਾਲ ਹੋ ਗਿਆ ਬੇਗਮ ਜੀ ਬਤਾਓ ਸਹੀ ਹੈ ਗੱਲ? ਮੇਰੀ ਗੱਲ ਸੁਣ ਲਾ, ਸਿਆਣੇ ਆਖਿਆ ਸਿੱਧੀ ਉਂਗਲੀ ਨਾਲ ਘਿਓ ਨਾ ਨਿਕਲੇ ਤਾਂ ਉਂਗਲੀ ਡਿੰਗੀ ਕਰ ਲਓ। ਹੁਣ ਦੱਸ ਛੋੜੋ ਵੀ ਅਸੀਂ ਕਿਹੜੀ ਛਾਏ ਆ? ਮੇਰੀ ਦੇ ਨਾ ਘਬਰਾ, ਹੁਣ ਅੰਗਲ ਨਹੀਂ ਹੁਣ ਪੂਰਾ ਪੰਜਾ ਹੀ ਮੈਂ ਡਿੰਗਾ ਕਰੇ ਸਾਂ। ਮਕਾਨ ਤੋਂ ਆਪ ਕਾ ਸਹੀ ਹੈ ਭਾਈ ਜਾਨ, ਤੇ ਵਾਸ਼ਰੂਮ ਕਾ ਜਾਂ ਸ਼ੂਸ਼ੂ ਕਰਨਾ ਹੁੰਦਾ ਹੈ। ਉਸ ਮੈਂ ਕੋਈ ਨਾਕਾ ਵੀ ਲੱਗਾ ਹੋਇਆ ਹੈ ਭਾਈ ਜਾਨ? ਮੈਨੂੰ ਪਤਾ ਹੈ ਤੁਸੀਂ ਪੜ੍ਹੀ ਲਿਖੀ ਫੈਮਿਲੀ ਔਰ ਸਾਫ਼ ਸੁਥਰਾ ਮਾਹੌਲ ਪਸੰਦ ਕਰਦੇ ਤੇ ਉਹ ਵੇਖੋ ਸਾਹਮਣੇ ਵਾਸ਼ਰੂਮ ਹੈਗਾ। ਕੀ ਬਾਤ ਹੈ ਭਾਈ ਜਾਨ, ਆਪਨੇ ਮੈਨੂੰ ਪਛਾਣ ਲਿਆ ਕਿ ਪੜ੍ਹੀ ਲਿਖੀ ਫੈਮਿਲੀ ਹੈ, ਕੀ ਬਾਤ ਹੈ। ਸੂਰਤਾਜ ਮਕਾਨ ਮਕੂਨ ਬਿਲਕੁਲ ਠੀਕ ਹੈ, ਤੇ ਉਹ ਜੋ ਹਮਾਰਾ ਸਮਾਨ ਉਧਰ ਪੜਾ ਹੈ ਨਾ ਉਹਨੂੰ ਟਰੱਕ ਤੇ ਗਲਾ ਤੇ ਚਵਾ ਲਾ। ਉਹ ਵੀ 40 ਹੈ। ਗੱਲ ਇਸ ਤਰ੍ਹਾਂ ਭਾਈ ਜਾਨ ਕਿ ਨਿਆ ਨਿਆ ਮੇਰਾ ਇਧਰ ਤਬਾਦਲ ਹੋਇਆ, 4-5 ਦਾ ਸਿਰਾ ਆਣਾ, ਉਸ ਤੋਂ ਬਾਅਦ ਮੈਂ ਟਰੱਕ ਗਾਤ ਕੇ ਸਮਾਨ ਚਾ ਲੈ ਸਾਹਿਬ ਦਾ। ਉਹ ਮੇਰਾ ਪਿਆਰ, ਇਸ ਗੱਲ ਦੀ ਪਰੇਸ਼ਾਨੀ ਨਾ ਕਰ, ਇਹ ਵੀ ਸਮਾਨ ਤੁਹਾਡਾ ਹੈ, ਇਹ ਤੁਸੀਂ ਇਸਤੇਮਾਲ ਕਰੋ, ਜਦੋਂ ਤੁਸੀਂ ਲੈ ਆਂਦਾ ਉਦੋਂ ਮੈਂ ਚੱਕ ਲਵਾਂਗਾ। ਬੇਗਮ ਜੀ ਇਹ ਤਾਂ ਸਹੀ ਕਹਿ ਰਹੇ, ਜੋ ਇਨਕੇ ਬਾਂਡੇ ਪੜੇ ਆ ਉਹਨਾਂ ਮੈਂ ਖਾ ਖੂ ਲੈਤੇ ਆ, ਬਾਅਦ ਮੈਨੂੰ ਦੇ ਦਿਸਾ ਮੁੜਾ ਪਾ ਪਾ ਲੈ ਖਾਣ ਲੱਗ ਜੇ ਸਾ, ਕਿਵੇਂ ਬਾਉ? ਹਾਂ ਬਿਲਕੁਲ ਠੀਕ ਹੈ। ਲੈ ਲਾ ਤੂੰ ਲਾ ਲਾ 1,80,000, ਉਹ ਕਾਲਾ ਟਿੱਟੋ ਨਾ ਤਾ ਉਹਨਾਂ ਵਿੱਚ ਹੀ ਖੜਾਈ। ਉਹ ਤੂੰ ਚੁੱਪ ਕਰ, ਮੈਂ ਵੇਖ ਲੈ ਕਿਵੇਂ ਵਿੱਚ ਇਹਨਾਂ ਨੂੰ ਲਾ ਇੰਨੇ ਵਿੱਚ ਅਸੀਂ ਸਾਥੂ ਝਾੜ ਕੇ
असली चबला है भाई। वो तो सब ठीक हो गया, ये मुझे बताएं जो इस घर का मीटर है वो केड़े नाम दा है? भाई मीटर अल्लाह दे नाम ते लगा होया। अल्लाह के नाम के? वो क्या कह रहे हैं आप यार? ओ मेरा बिरा सोलर प्लेट रखी हुई है। लो हम तो फिर मर गए ना, जो ना धूप निकले ना वो सोलर चले। ओ परेशान ना हो, वो मीटर दी दरखास्त दी हुई है, महीने डेढ़ दिकर लग जासी मीटर भी। पर जल्दी कोशिश करें। ओ बुज्जुआ ए इन्ने सौदा कीती गला साडे कोल पुछे दे सही नहीं हो है? खैर है तैनू। ओ तेरे कोल मैं क्यों पूछा, मेरे वारे च आया मैं उन्होंने दे दिता। ओ भाई जान ये आपके डैडी हैं? नहीं यार ए मेरा गवाटी है, ए दी भैड़ी नियत याद है भी आ जगह मैनू देवे ते मैं नु ए जगह देना नहीं चाहता ता इस तरह करता पे। झूठ ना मारा चवला, तू आप का ना मेरे को 2 लाख का ही ला लो, असा तो ता पर उन्हें लिया भैया तसाया है। इसका मतलब है इत्थे जिन रहंदे ने? तो परेशान वाली तो बात ही नहीं है, एक कमरे में जिन रहेंगे एक कमरे में हम रहेंगे। रले गुजारा करते रहेंगे, हमें मंजूर है। हम जिन्नों से नहीं डरते। हाँ। आपको मंजूर है मेरी बहन, सानू मंजूर कोई नहीं, हमें मंजूर है। तो मेरी बहन हमने पैसे दे दिए हैं। पैसे दे दिए तो फिर क्या हुआ, पैसे वापस ले लो अपने। हमें वापस ले लो? जो हम चीज ले लेते हैं ना पीछे नहीं हटाते, एक घर ऐसी ला ले तो उन्हें पक्का करना है। अच्छा आप ऐसा करे, ये जो छलियां पड़ी है ना इसको उठाए अपने घर ले जाए, वरना इसे मैं गली में फेंक दूंगा, फेंक दूंगा खा मखा गली में। मेरी गल गौर नाल सुन लो, इत्थे आयो ना ते असीं गवाठियां तुहाडे ते साडे नाल बना के रखनी है। जे तो हमारी मर्जी बनाई या ना बनाए, आप क्या चाहते हैं? तुहाडी मर्जी नहीं चलनी, हमारी मर्जी है। हमारे साथ बढ़ाओगे तो इतने रहोगे, वरना हम इधर से भगा देंगे तुझे। क्यों हमें भगा दोगे चाचा की हम तुमसे लेके खांदे पे? ओहो चाचा चूचे ना 7 महीने ओ इनो मैं तेरे चबाड़ से जांदी करा। बिल्लो आप ऐसा करे इनको अंकल बोले, ये जो जांगली लोग होते हैं इनको तमीज नहीं होती, बिकर चट लोल सन स्पिलियट। मेरा दिल तो नहीं करता मैं इसको अंकल सदूं, मैं तो चाचा ही सदूंगी। चलो ठीक है चाचा दकीरा। अच्छा ऐसी बिक्का चाटते हैं, तू लक्का चाटते हैं? आपको तो तमीज नहीं, आपकी तबीयत देखिए जैसे कान को तीर लगा हुआ। तू ऐसे से कुल्ले आ खड़ा था, तमीज ही नहीं है तमीज, तू ऐसे सवेरे को सम तमीज ज्यादा सी जाना। हम तो जांगली लोगों से बोलना गवारा नहीं करता, लेकर मजबूरी है फंस गए हैं। मुंह का देखता है खले है, ये तू शहरी हो तमीज ही उर्दू बोलन दी, तमीज ही कोई नहीं, तेरी चबल धोती है ये देख लिया हम दे नाल साडे नाल इना दा इट खड़का लग गया। ਤੁਸੀਂ ਨਾ ਲਾਵੋ ਤੇ ਉਹ ਨਾ ਲਾਵਣ ਤੁਹਾਡੇ ਨਾਲ, ਇਹ ਕੋਈ ਤਰੀਕਾ ਕਰ ਹੈ? ਤੁਸੀਂ ਆਪਣੇ ਘਰ ਦਫਾ ਹੋ ਜਾਓ। ਖਪਾ ਬਕਵਾਸ ਸਾਡੀ ਬੰਦ ਕਰ, ਤੈਨੂੰ ਕਪੜੇ ਨਾਲ ਧੋ ਕੇ ਤਾਰ ਤੇ ਟੰਗ ਦੇਸਾਂ। ਆਪ ਐਸਾ ਕਰੇ ਕਿ ਟੰਗ ਦੇਸੇ? ਵਾਹ ਬਈ ਵਾਹ, ਆਪ ਐਸਾ ਕਰੇ। ਹਲੋ ਭਾਈ ਆਪ ਐਸਾ ਕਰੇ ਆਪਣੇ ਘਰ ਜਾਏ ਪਲੀਜ਼, ਮਿਹਰਬਾਨੀ ਕਰ। ਆ ਮਿਹਰਬਾਨੀ ਕਰ ਲੈਣਾ ਅਸੀਂ ਵੈਂਦੇ ਪਏ ਆਪਣੇ ਘਰ, ਗੱਲ ਸੁਣ ਮੇਰੀ, ਘਰ ਨਾਲ ਇੱਥੇ ਰਹਿਣਾ ਹੈ ਤੇ ਸਾਡੇ ਹਰ ਹੁਕਮ ਦੀ ਤਮੀਰ ਕਰਨੀ ਹੈ, ਸਮਝ ਆਂਦੀ ਭਈ? ਜਿਹੜੀ ਗੱਲ ਅਸੀਂ ਆਖਣੀ ਹੈ ਉਹਨੇ ਤੁਸੀਂ ਮੰਨਣੀ ਹੈ। ਸਾਡਾ ਪਹਿਲਾ ਆਰਡਰ ਇਹ ਹੈਗਾ ਸਾਡੀਆਂ ਇਹ ਜਿਹੜੀਆਂ ਜਿੰਨੀਆਂ ਵੀ ਛਲੀਆਂ ਪੈਣਾਂ ਖਲਾਰ ਕੇ ਇਹਨਾਂ ਨੂੰ ਧੁੱਪ ਲਵਾ ਕੇ ਇਹਨਾਂ ਨੂੰ ਤੂੰ ਛਿਲ ਕੇ ਸਾਡੇ ਘਰ ਪਹੁੰਚਾ ਕੇ ਆਉਣੇ। ਮੈਂ ਹਮੇ ਇਤਨਾ ਨਾ ਸਤਾਵੋ। ਸਤਾਵੋ ਅਸੀਂ ਕਿਹੜੇ ਸਤਾਏ, ਅਸੀਂ ਹੁਣ ਵੈਂਦੇ ਪਏ ਆ, ਸਮਝ ਆਂਦੀ ਪਈ ਏ? ਤੇ ਤੂੰ ਯਾਦ ਰੱਖ, ਚਲੋ ਪੁੱਤਰ ਚਲੋ ਜਾਓ ਜਾਓ, ਮੈਨੂੰ ਯਾਦ ਹੀ ਏ ਅੱਜੋ ਪਰ ਖਾਣੇ ਨਾ ਪੀਆ ਭਾਈ ਜਾਨ, ਇਹਨਾਂ ਲੋਕੋ ਕੀ ਤੇ ਮੈਨੂੰ ਸਮਝ ਨਹੀਂ ਆ ਰਹੀ ਆ। ਉਹ ਮੇਰੇ ਭਾਈ ਇਹ ਗਵਾਟੀ ਹਨ ਤੇ ਬੜੇ ਬਦਤਮੀਜ਼ ਹਨ, ਇਹਨਾਂ ਨੂੰ ਮੈਂ ਜਗ੍ਹਾ ਨਹੀਂ ਦਿੱਤੀ। ਕੋਈ ਗੱਲ ਨਹੀਂ, ਉਹ ਬਦਤਮੀਜ਼ ਹਨ ਨਾ, ਮੈਂ ਉਹਨਾਂ ਤੋਂ ਵੱਡੀ ਬਦਤਮੀਜ਼ ਆ, ਆਪ ਜਾਏ। ਠੀਕ ਹੈ ਭਾਈ, ਹੁਣ ਆਪਣਾ ਤੁਸੀਂ ਧਿਆਨ ਨਾ ਰਿਆ ਜੇ। ਚਲੋ ਠੀਕ ਹੈ ਜਾਏ ਆਪ। ਕੋਈ ਬਾਤ ਨਹੀਂ, ਹਮ ਆਪਣੇ ਸਾਰ ਤੇ ਗੁਜ਼ਾਰਾਂਗੇ। ਹਾਂ ਅੱਬਾ ਇਸ ਬੰਦੇ ਚੰਗੀ ਕੋਈ ਨਹੀਂ ਕੀਤੀ ਆਪਣੇ ਨਾਲ। ਓ ਤੁਸੀਂ ਪਰੇਸ਼ਾਨ ਨਾ ਹੋ ਮੇਰੇ ਪੁੱਤਰ, ਘਾਬਰੋ ਨਹੀਂ, ਤੁਸੀਂ ਨਹੀਂ ਪਰੇਸ਼ਾਨ ਹੁੰਦੇ ਗਰਮ। ਓਏ ਓ ਕੱਲ ਤੜੂ ਪੂਰਾ। तेरे मुंह 82,000 हो गए 1,00,000, पैसे हटा, ये हाथ बनता ही साडा हक। बिलकुल थोड़े पैसे ने, मैं 6 लाख दी उन्होंने जगह बेची है। वो 6 लाख दी नहीं दी, ये साडा हक है। तुम्हारा हक है तो पैसे पूरे दियो तो ले लो। पूरे मैं सही पैसा लाए, और 1,82,000 है, जबान नहीं मारनी। मैं
गुआढ़ी पूरे पैसे देवन ते लै लवन गुगू जी ने गल आगे करनी छोड़िए खादा पीता चंगा ही नहीं लगना सारा दिन मेरे जेहन च एक सकीम आई है अपा दो मन भाई साध के उन्होंने ड्रेने उन्होंने धमकियां देने वो आज असन अपने प्रेशर दे हेठ मुड़ आप को वाता लिशा हूँ की पते वाली गल वैसे ही मैं मुझू जी लगता है उल्लू ए पिया निकलते हाँ जी भाई जान तू तो मैंने शक्ल बंदा पुना ही कोई नहीं लगना मैं बंदा पुना ही नहीं हूँ ना मैनू नहीं लगना तो मैं क्या हूँ और हाँ एक बार साड़ी अब तक गाल सुन क्या बात है इधर बता दो भाई जान मैं पर बेगम से कोई गुफ्तगू कर रहा हूँ आयो क्या मेरा अब्बा सद्दा पे एक बार आ तो सही है ये क्या बात है उठे आ मेरा अब्बा सद्दा पे हमें यही बता दो ना ओ नहीं एक बार आओ तो सही आ एक बार चलो सुन लेते हैं इनका पियो क्या कहता है आ तो आ जाओ क्या इनका तरीका गंदे लोगों का सबर सारा हाथ साडा हाई असी किसे मजबूरी तू वेच छोड़े आई लाख रुपए दे दो ते असी वापस लेना है तू एवे आके विच लत अड़ा लिए तैनूं नहीं पता साडा सिर फिरे लोग आए ठीक है जी पहले ये आता आपका होगा अब तो हम खरीद चुके हैं ओए पहले अब बूब का बच्चा इधर देखे ने उर्दू मैन बच्चा है नो इडियट आप तो फजूल हंस रहे हैं ओए इडियट मीडियट तू आप उसे तमीज न करते नहीं पता मैं कौन हाँ आप कौन है जबान मरे ने पता नहीं है तेनू मार के तेरी बत्री काट छोड़े सच्चा बल धोती हो यार आप तो फजूल मुझे डांट रहे हो यार मैं कोई बात की आपसे नहीं मैं तेरे चबल मुलू मना चबला मैं तेरे बंदे नु ना मेरे प्यो का पता नहीं मेरे प्यो का कितने लंबे लंबे हाथ हैं हम तो तुम्हारे आगे हाथ जोड़ते हैं तुम्हारा शुक्रिया हमें इत्थे रहन दियो गल सुन मेरी आज तो तू लेख लेना हुकुम मेरा ही चलना है जो मैं चाहना वो होना पिछे एक मिनट पकड़ो हां नहीं छोरे मैं जो तन्नू आख्या भी साड़ियां छलियां खिलार छड़ी तो उन्होंने परताई रखी ओ हले डिग्गी लगी पे चलन जाके परता तोनु असर ही नहीं होयो उसने सी आख्या छलियां दे पारो कोड़ी जे जा छलियां खिलार पर जाके परता परता दो जाओ जाओ परता दो इडियट के बच्चे नहीं होते था पीछे आगा काम कर सुन आ हुन मैं तन्नू दसेंदा पे हाथ दे मेरी ए आ वेदा पे नुक्कर जी ए नुक्कर मेरे हाथ दे छे ए होने गौर रखे ए मेरे हद तो अग्गा नहीं टपना तो है मैं तेन आखरी बार याद आ पिया चाचा असी हद नहीं टपना है हद तो तू टपया जाना ते हुन मेरी बर्दाश्त तू कम बाहर होंदा पे ते आदी हद विच खड़ो अच्छा ते तू हुन मेनू हद दसे से इनु समझा ला ओ समझा ला मुज्जुआ ओ इनो वे के मैं कोई होर चांग चाड़ पावा जी मैं समझा बेगम खामोश हो जाए गल सुन मेरी जी सुना आ हुन गौर करना है हाथ मैं तेन दसेंदा पिया के जिथो तीन मेरी हाथ दे ओ तो सा करास नहीं करनी आ हुन सीधा लगा मैं हाथ ते जी जी गौर इथो तीन हाथ दे मेरी ए हाथ तो सा करास नहीं करनी मेरे पास भाईजान ये तो आपकी ज्यादती है ये तो हाथ बनती नहीं जहां आपने बना दी है ये तैनू पता है मैनू पता है ज्यादती है कई ज्यादती है चाचू जी दरवाजा उठे लगा हुआ है आ देखो ओहो
ये जो गेट है ना अद्धा तुम्हारा अद्धा हमारा, और मैं तुझे दिखाता हूँ। अच्छा ते हुन तू सानू समझाई से हत्ता ने से दस की हाथ दस। आओ आओ मारे साथ। आओ आओ इधर खलवाएं। हाँ इधर खलवाएं बड़ा तना। आ तू वो पौड़ी पड़ी है ना वो देखो। ओए हाँ मैंने पता है वो पौड़ी पड़ी है, ये सारी जिंदगी थाई पड़ी रही है, मैं रखी हुई है, तू दस की जानना है। उसके मुताबिक ये अद्धा गेट हमारा है अद्धा तुम्हारा है। पागल के ने एवे अद्धा तेरा ये सारा साडा। आ सी उठ गई है। उधर सी नहीं जाती, आप गलत जा रहे हो। हम गलत नहीं जा रहे, आप गलत जा रहे हैं। गुर्दू मुर्दू ने बोल मेरे नाल, नहीं तो मैं दांत तेरे काट छोड़ने चाहे भला। आप ऐसा करें, यहाँ जो आबादी में लोग रहते हैं ना उनको इकट्ठा करें, उनमें बात कर लेते हैं। अच्छा आबादी में लोग रहते हैं, वो आबादी वाले लोगों को पता है मेरा के मैं केड़ी छाया, समझ आई है मेरी गाल दी। चाचा बात सुन, हम तुम्हारे साथ अब बात करना ही नहीं चाहते, उन लोगों को सद्दो तो हम उनके साथ बात करेंगे। ओए तैनु मैं समझाया मैं ते क्या बात है चाचा। मोड़ चाचा। ओ भाई जान औरत के साथ ऐसे बात नहीं करना चाहिए जैसे आप कर रहे हैं। ये तो हमारे ऊपर तो चढ़ रहा है, ऊपर से चढ़ रहा है। तुम तमीज कोई निकाल कर आने दे बुड्ढे बंदे नाल, कोई हाथ से लिहाज होती जरी मोटी और सारा जग जान दे तो आंड गवांड भी सारा जान दे, सारे फैसले मेरा प्यो हाथ करंदा। फिर बूढ़ा है तो फिर चाचा क्यों नहीं हमें सदने देता। तू अंकल साथ लाओ तो बड़ी पढ़ी लिखी है, एजुकेटेड बनी है। तुम बोलन पता कोई नहीं। तुम लोगों को मेरा दिल नहीं कर रहा अच्छी जबान से बात करने के लिए, हम इसीलिए चगर चगर कर रहे हैं। हां साडे दिल नहीं करंदा कि तू सच्चे बला नाल मत थला लिए। तो फिर हमारे साथ सीधी तांद गत्तो ना, तुमने तो हमारी रोटी हराम कर रखी है। रोटी तो काकी तू साडी हराम कीती खाई सवेर तू लेके होण तक। अच्छा, हमें तो खाने नहीं दे रहे कुछ। वाइफ अच्छा ज्यादा खात ना पाओ, मैंने ड्यूटी पे जाना है, शाम को बात करेंगे। शाम को क्या बात करेंगे, क्या करनी है तूने बात शाम को? शाम को करेंगे, चले आप तैयारी करें। शाम को बात कर लेते हैं। वड्डा तू आंदा भी है शाम नु बाता करण वाला, मैं जानता नहीं चबा कौन सी होया। ए पागल आवन दे शामी केड़ा से सप घर लवणा, मैं देख लेना ना मुंह ते चबल जी मैं बिल्कुल लगदा चबल है। आप कड़े अंदर तू डरने आ प्यो चला के कुछ चबल नहीं है। अच्छा? डरा धमका के ना रक्षा है ना ते प्रेशर चाह के सिर लाए बैसे। देखिए तू किवें जान दे। देख साडा प्यो कितना इंटेलिजेंट है, तू और बड़े चाचे ते गया। ਕਿਹੜੇ ਵੱਡੇ ਚਾਚੇ ਤੇ ਗਿਆ? ਇਹਦੇ ਤੇ ਗਿਆ ਪਿਓ ਤੇ। ਨਹੀਂ ਪਿਓ ਤੇ ਨਹੀਂ ਗਿਆ। ਓਏ ਉਲਾਦ ਹਮੇਸ਼ਾ ਪਿਓ ਤੇ ਜਾਂਦੀ ਹੈ। ਓਏ ਐਵੇਂ ਚਲਾਦ ਬਣੀ ਖਲੀ ਤੂੰ। ਅੱਗੂ ਤਾਂ ਬੋਲਣ ਹੀ ਨਹੀਂ ਦਿੰਦਾ ਕਿਸੇ ਨੂੰ, ਸਾਡੇ ਉੱਤੇ ਤੇਰਾ ਬੜਾ ਪਾਣੀ ਚੜਦਾ ਤੇ ਉਹਨਾਂ ਦੇ ਕੋ ਬੋਲ ਨਹੀਂ ਸਕਦਾ ਤੂੰ ਤੇ। ਤੁਸੀਂ ਥੋੜੇ ਬੋਲਦੇ ਪਿਆ। ਓਏ ਉਹ ਸਮਝਦਾਰ ਹੈ, ਜਦੋਂ ਪਿਓ ਗੱਲ ਕਰਨ ਦੇ ਖਲੇ ਤੇ ਮੋੜ ਉਹ ਸਗੂ ਜ਼ਰੂਰ ਜ਼ਬਾਨ ਮਾਰਨੀ ਹੈ। ਹਾਂ ਮੇਰੇ ਤਾਂ ਸਵੇਰ ਸਵੇਰ ਨਾਲ ਵਿਰਾ ਲੱਕੜ ਲੱਗ ਗਈ ਇੱਥੇ ਤੇ ਮੇਰੇ ਕੋਲ ਅੱਜ ਬਰਤ ਆਇਆ ਵੇ ਕਿਤਨੀਆਂ ਮੱਕੇ ਡੋਬਰੇ ਤੂੰ ਤੂੰ ਬਾਨੇ ਬਣਾਉਂਦੀ ਬੱਤੀ ਇੱਕ ਤਾਂ ਇੰਦਾ ਸਮੇਰੀ ਤੀ ਆ ਜਿਹੜੀ ਵਧੀ ਹੈ ਜਿਵੇਂ ਨਾਨ ਤੇ ਜ਼ਿੰਮੇ ਲਾਈ ਨੇ ਵਿਛਲੀਆਂ ਪਰਦਾ ਇਹ ਸਾਰਾ ਕੰਮ ਇਸੇ ਤੂੰ ਕਰਾਇਆ ਕਰ ਇਹਨੂੰ ਪ੍ਰੈਸ਼ਰ ਹੇਟ ਰੱਖ ਕਿਉਂ ਕਿ ਸਾਡੇ ਤੇ ਸਵਾਰ ਨਾ ਹੋਵੇ। ਹਾਂ ਤੂੰ ਕਰਾ ਚਨੋ ਬੰਦੇ ਵੀ ਇਹਦੇ ਕੋਲ ਦੁਆ ਆ ਮਿੱਟੀ ਵੀ ਇਹਦੇ ਕੋਲ ਲਵਾ ਬੋ ਕਰਾਵੀ ਇਹਦੇ ਕੋਲ ਦਿਵਾ ਔਰ ਆਵੇਂ ਨਾ ਛੋਰ ਆਜ ਦੇ ਇੱਕ ਵਾਰੀ ਔਰ ਆਜ ਦੇ ਔਰ ਆ ਕਾਕੀ ਆ ਟੋਰ ਪਾ ਵਗਾ ਲੱਤਾਂ ਬਣੀਆਂ ਹੋਈਆਂ ਨਹੀਂ ਕਿਆ ਹਮੇ ਆਖੋ ਹਮੇ ਆਖੋ ਇਹ ਨਾ ਮਾਰੀ ਕਰ ਗੁਰਦੂ ਮੁਰਦੂ ਸਾਡੇ ਨਾਲ ਸਿੱਧੀ ਗੱਲ ਕੀਤੀ ਕਰ ਸਾਡੇ ਤਰ੍ਹਾਂ ਆ ਭਾਂਡੇ ਪੈ ਨਹੀਂ ਇਹ ਸ਼ਾਬਾ ਛੋਰੇ ਚਾਹ ਕੇ ਧੋਵਾ ਚੱਲ ਜਲਦੀ ਹੋ ਸਾਰੇ ਕੱਪੜੇ ਤਾਂ ਹੀ ਪਾਏ ਨਾ ਬੰਦਾ ਕਿ ਤੂੰ ਇੱਥੇ ਖੇਤਾਂ ਚ ਆਈ ਨਹੀਂ ਭਾਵੇਂ ਬੱਕਰੀ ਸਾਰੇ ਛੁੱਟ ਜਾਣ ਤੇਰੇ ਕੱਪੜੇ ਆ ਬੰਨੇ ਸਾਰੇ ਚਾਹ ਦੇ ਆਏ ਪਿੱਛੇ ਟੂਟੀ ਖੜੋਤੀ ਇਹ ਦੋਤੇ ਪੜੇ ਹਨ ਦੁਬਾਰਾ ਧੋ ਲੈ ਪੜੇ ਹਨ ਆ ਬੱਕੀਆਂ ਬੈਠੀਆਂ ਜਰਾ ਸੀ ਮੰਗੀ ਵੇ ਚਾਹ ਬਾਜੀ ਹਮਾਰੀ ਪਹਿਲੇ ਗੱਲ ਸੁਣੋ ਮੇਰਾ ਸਾਈ ਤਿਆਰੀ ਕਰਦਾ ਪਿਆ ਉਸਨੇ ਡਿਊਟੀ ਤੇ ਜਾਣਾ ਹੈ ਮੋੜ ਹੱਟ ਤੇ ਮੈਂ ਧੋ ਦੂੰਗੀ ਅੱਛਾ ਡਿਊਟੀ ਤੇ ਜਾਣਾ ਬੜਾ ਕੋਈ ਥਾਣੇਦਾਰ ਲੱਗੋ ਹੈ ਡਿਊਟੀ ਡਿਊਟੀ ਸੁਣਾਈਂਦੀ ਖਲੀ ਹੈ ਸਾਨੂੰ ਡਿੱਪੀ ਹੁਆ ਸਮੇਂ ਜਿਹੜਾ ਮੈਂ ਹੁਕਮ ਦਿੱਤਾ ਤੈਨੂੰ ਭਾਂਡੇ ਦੋ ਚਾਚਾ ਹਮਾਰੇ ਸਾਥ ਵੱਡੀ ਵੱਡੀ ਬਾਤਾਂ ਨਾ ਕਰ ਤੂੰ ਹਾਲੇ ਹਮੇ ਜਾਣਦੇ ਨਹੀਂ ਹੋ ਤੂੰ ਸਾਰੀ ਹੱਦੇ ਪਾਰ ਕਰ ਰਹਾ ਹੈ ਬੇਗਮ ਜੀ ਜੀ ਸਰ ਹਮਾਰੀ ਕੈਪ ਔਰ ਬਿੱਲੇ ਕਹਾਂ ਵੋ ਕਮਰੇ ਮੇ ਪੜੀ ਹੈ ਉਠਾ ਦੋ ਅੱਬਾ 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 ਓਏ ਤਾਂ ਸੱਚੀ ਦਾ ਥਾਣੇਦਾਰ ਨਿਕਲ ਆਇਆ ਹੈ ਇਹ ਕੀ ਬਣ ਸੀ ਓਏ ਮੇਰੇ ਪੁੱਤਰ ਉਹ ਮੈਂ ਕੋ ਗਣੀਆਂ ਚਬਲਾ ਤਾਂ ਨਹੀਂ ਮਾਰ ਬੈਠਾ ਅੱਬਾ ਗਣੀਆਂ ਨਹੀਂ ਤੂੰ ਤਾਂ ਬੇਸ਼ੁਮਾਰ ਉਹਨੂੰ ਚਬਲਾ ਮਾਰਦਾ ਰਿਹਾ ਤੈਨੂੰ ਆਖਿਆ ਬੰਦਾ ਕੁਮੰਦਾ ਵੇਖ ਕੇ ਗੱਲ ਕੀਤੀ ਕਰ ਤੂੰ ਇਹਦੀ ਬੜੀ ਲਾਈ ਹੈ ਮੈਨੂੰ ਕੀ ਪਤਾ ਇਹ ਵੀ ਉਸ ਵਿੱਚੋਂ ਹਕੀਕਤ ਕੀ ਉਹ ਸੀ ਅੱਬਾ
एक गल करा है तो तू काली जबान आला हूने तू नु आके खड़ोता है भाई तेरा बंदा केड़ा थानेदार है ओ सच्ची थानेदार निकले जबान ना मारनी तू तो ते मुंह दे थै दनी के तू बड़ा केड़ा एसएचओ लगवा ड्यूटी ते जाना अब बांग डोंडे मुंह जो कदी कदी बंदे दे निकल जांदी गुस्से च मुंह सुना ते गल कीती कर अच्छा हुन छोड़ो सारी गल्लां ओई नोवे कोई साडे गल गलावा पै जावे आ उना नु किवें राजी करिए ओ मेरे नाल इस तरह करो जिहड़ियां मेरे वेड़े च पईयां ना छलियां इसको उठा लो खलोता जाओ ओ मुजुआ चा लो खलोते हो साहब जी दे हुकम मन्नो जाओ अपने घर नहीं सड़ सकते छाते सटो इन्हों चाचा वो जो सामने बाल्टियां पड़ी है ना वो भी उठा ले मेरी धी परेशान क्यों मनी तू मेरी धी है तो भी चलो जा खलोती है मुझू जाई आप भी उठाए ना आप इधर क्या कर रहे हैं हाँ ठीक है बेटा जी जाओ जी साहब जी थोड़े हुक्म दी तमील होती जी आपको शर्म ही नहीं आती बेड़ा किसका होता छलियां फेंक देते हो जल्दी करें जल्दी हमने इधर चार पाइयां घात के बैठना बेटी नाराज क्यों होते उठा रहे कोई हो हुक्म है तो दसो करो और ये हुक्म है ये जो कद है इसको ऊंचा करें ठीक है ना उसके बाद अपनी बेटी को इधर गल्ले आटा गुन्ने क्योंकि साहब जी का खाना हमने तैयार करना नाराज क्यों हों दिया एक कद दिखेड़ी गल है कद ऊंची कर ले खाए ते रही खाने की गल तुसी हो साडे मेहमान तुसी खाना अपने घर नहीं पकाना आज दा खाना थोड़ा साडे आले हां हां